ਸਾਧ ਸੰਗਤ ਆਪ ਸਭ ਮਾਈ ਭਾਈ ਇਤਨੇ ਵੀ ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚ ਰਹੇ ਹੋ। ਸਾਰੇ ਆਪਣੀ ਰਸਨਾ ਦੀ ਸਫਲਤਾ ਵਾਸਤੇ ਸ਼ਬਦ ਵਿੱਚ ਬੋਲਣ ਦੀ ਖੇਚਲ ਕਰੋ। ਪਹਿਲੇ ਹਿੱਸੇ ਵਿੱਚ ਅਰਦਾਸ ਬੋਲੇਗਾ, ਦੂਸਰੇ ਹਿੱਸੇ ਵਿੱਚ ਸਭ ਭਾਈ, ਔਰ ਤੀਸਰੇ ਹਿੱਸੇ ਵਿੱਚ ਸਭ ਬੀਬੀਆਂ ਵੀ ਸ਼ਬਦ ਵਿੱਚ ਬੋਲ ਕੇ ਆਪਣੀ ਰਸਨਾ ਪਵਿੱਤਰ ਬਣਾ। ਬੁਰੇ ਭਲੇ ਹਾਂ ਤੇਰੇ ਮਾਲਕਾ, ਬੁਰੇ ਭਲੇ ਹਾਂ ਠਾਕੁਰ ਮੇਰੇ ਨੀ ਜੰਤ ਤੇਰੇ ਧਾਰੇ ਰਾਖ ਪੈਜ ਨਾਮ ਆਪਣੇ ਕੀ ਕਰਨ ਕਰਾ ਬਨਹਾਰੇ ਰੱਬ ਜੀ ਓ ਖਸਮਾਨਾ ਕਰ ਪਿਆਰੇ ਬੁਰੇ ਭਲੇ ਹਮ ਥਾਰੇ ਸੁਣੀ ਪੁਕਾਰ ਸਮਰੱਥ ਸੁਆਮੀ ਬੰਧਨ ਗਾਟ ਸਵਾਰੇ ਪਹਿਰ ਸਿਰ ਪਾਓ ਸੇਵਕ ਜਨ ਮੇਲੇ ਨਾਨਕ ਪ੍ਰਗਟ ਬਹਾਰੇ ਬੁਰੇ ਭਲੇ ਹਾਂ ਤੇਰੇ ਮਾਲਕਾ ਬੁਰੇ
ਸਾਧ ਸੰਗਤ ਕਾਫੀ ਸਮੇਂ ਤੋਂ ਆਪ ਸਤਿਗੁਰਾਂ ਦੇ ਸੱਚਖੰਡ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋਏ ਗੁਰਬਾਣੀ ਦੀ ਅੰਮ੍ਰਿਤਮਈ ਕੀਰਤਨ ਦਾ ਆਨੰਦ ਮਾਣ ਰਹੇ ਹੋ। ਹੋਰ ਕੁਝ ਸਮੇਂ ਵਾਸਤੇ ਆਪਣੀਆਂ ਚਿੱਤ ਬਿਰਤੀਆਂ ਇਕਾਗਰ ਕਰੋ। ਖਿਆਲਾਂ ਨੂੰ ਬਾਹਰ ਜਾਣ ਤੋਂ ਰੋਕੋ ਤਾਂ ਜੋ ਮਨ ਦੀ ਇਕਾਗਰਤਾ ਹੋਰ ਬਿਰਤੀ ਦੀ ਅੰਤਰਮੁਖਤਾ ਦੁਆਰਾ ਆਪਾਂ ਗੁਰਬਾਣੀ ਦੇ ਕੀਰਤਨ ਔਰ ਗੁਰਮਤ ਦੀਆਂ ਵਿਚਾਰਾਂ ਤੋਂ ਪੂਰਾ ਪੂਰਾ ਲਾਭ ਉਠਾ ਸਕੀਏ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਫਰਮਾਨ ਹੈ, ਸਾਰਜ ਨਾ ਕਹਿ ਸੰਗ ਬਸਤ ਸੁਖ ਸਹਿਜ ਵਿਸਰਾਮ। ਸਾਈ ਘੜੀ ਸੁਲੱਖਣੀ ਸਿਮਰਤ ਹਰਨਾ, ਸਤਿਗੁਰੂ ਜੀ ਨੇ ਜ਼ਿੰਦਗੀ ਦਾ ਸਿਰਫ ਉਹ ਹੀ ਸਮਾਂ ਸੁਹਾਵਣਾ ਔਰ ਸਫਲਾ ਮੰਨਿਆ ਹੈ ਜਿਹੜਾ ਉਸ ਪਰਮਾਤਮਾ ਦੇ ਸਿਮਰਨ ਉਸਦੀ ਯਾਦ ਵਿੱਚ ਬਤੀਤ ਹੁੰਦਾ ਹੈ। ਉਹ ਵੀ ਸਮਾਂ ਧੰਨਤਾ ਯੋਗ ਹੈ ਜਿਹੜਾ ਸਾਧ ਸੰਗਤ ਔਰ ਗੁਰੂ ਦਰਬਾਰ ਦੇ ਵਿੱਚ ਗੁਜ਼ਰਦਾ ਹੈ। ਧੰਨ ਸੁਵੇਲਾ ਘੜੀ ਧੰਨ, ਧੰਨ ਮੂਰਤ ਪਲਸਾਰ। ਧੰਨ ਸੋ ਦਿਨਸ ਸੰਜੋਗੜਾ ਜਿਤ ਡਿੱਠਾ ਗੁਰਦਰਸਾਰ। ਧੰਨ ਸੋ ਵੇਲਾ ਜਿਤ ਦਰਸ਼ਨ ਕਰਨਾ, ਧੰਨਤਾ ਯੋਗ ਹੈ ਉਹ ਸਮਾਂ ਜਿਸ ਸਮੇਂ ਗੁਰੂ ਕੀ ਪਵਿੱਤਰ ਹਜ਼ੂਰੀ ਵਿੱਚ ਆ ਕੇ ਗੁਰੂ ਕਾ ਦੀਦਾਰ ਕੀਤਾ ਜਾਂਦਾ ਹੈ। ਅੰਦਰ ਸੁੱਚਾ ਨੇਹੂੰ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ ਜਾ ਗੁਰੂ ਦੇਖਾ ਸਾਹਮਣੇ। ਮੇਰਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ ਸਾਹਮਣੇ, ਮੇਰਾ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾ
ਤਨ ਮਨ ਹੋਏ ਨਿਹਾਲ। ਗੁਰੂ ਕੇ ਦੀਦਾਰ ਮਾਤਰ ਦੇ ਨਾਲ ਹੀ ਸੋ ਕਹੋ ਟਲ ਗੁਰਸੇਵੀਐ ਐਨ ਇਸ ਸਹਿਜ ਸੁਭਾਏ। ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁੱਖ ਜਾਏ। ਨੇਤਰਾਂ ਦੇ ਨਾਲ ਜੇ ਆਪਾਂ ਸਰਲ ਜਾਂ ਸਿੱਧੀ ਭਾਸ਼ਾ ਵਿੱਚ ਗੱਲ ਕਰੀਏ, ਗੁਰੂ ਨੂੰ ਦੇਖਣ ਮਾਤਰ ਦੇ ਨਾਲ ਹੀ ਜਾਂ ਗੁਰੂ ਦੇਖਾਂ ਸਾਹਮਣੇ ਇਹ ਨੇਤਰਾਂ ਨਾਲ ਗੁਰੂ ਕੇ ਦੀਦਾਰ ਦੀ ਗੱਲ ਹੋ ਰਹੀ ਹੈ। ਤੂੰ ਚਾਹੋ ਸੱਜਣ ਮੈਂਡਿਆ ਡੇਈ ਸਿਸ ਉਤਾਰ। ਨੈਣ ਮਹੰਜੇ ਤਰਸਦੇ ਕਦ ਪੱਸੀ ਦੀਦਾਰ। ਅੰਤਰ ਗੁਰੂ ਅਰਾਧਨਾ ਜੇ ਬਾ ਜਪ ਗੁਰੂ ਨਾਮ। ਪਰਮਾਤਮਾ ਨੇ ਅਕਾਲ ਪੁਰਖ ਵਾਹਿਗੁਰੂ ਨੇ ਜਿਹੜਾ ਪੰਜਾਂ ਤੱਤਾਂ ਦਾ ਸਰੀਰ ਬਣਾਇਆ ਹੈ, ਸਰੀਰ ਦੇ ਇੰਦਰੇ ਉਹਨਾਂ ਦਾ ਆਪਣਾ ਆਪਣਾ ਧਰਮ ਹੈ, ਇੰਦਰੀਆਂ ਦਾ ਆਪਣਾ ਆਪਣਾ ਕੰਮ ਹੈ, ਜਾਂ ਉਹਨਾਂ ਦੀ ਆਪਣੀ ਆਪਣੀ ਸਮਰੱਥਾ ਹੈ। ਕੰਨ ਸਿਰਫ ਸੁਣ ਸਕਦੇ ਹਨ, ਦੇਖ ਨਹੀਂ ਸਕਦੇ। ਅੱਖਾਂ ਸਿਰਫ ਦੇਖ ਸਕਦੀਆਂ ਹਨ, ਉਹ ਸੁਣ ਨਹੀਂ ਸਕਦੀਆਂ। ਇੱਥੇ ਜੇ ਗੁਰੂ ਕੇ ਦਰਸ਼ਨ ਗੁਰੂ ਕੇ ਦੀਦਾਰ ਦੀ ਗੱਲ ਕੀਤੀ ਜਾਵੇ, ਉਹ ਸਾਰ ਸੰਗਤ ਦੇ ਇੱਕ ਤਾਂ ਦੀਦਾਰ ਹੈ ਜਿਹੜਾ ਨੇਤਰਾਂ ਦੇ ਨਾਲ ਕੀਤਾ ਜਾਂਦਾ ਹੈ। ਇੱਕ ਦੀਦਾਰ ਹੈ ਜਿਹੜਾ ਵਿਚਾਰ ਦੇ ਨਾਲ ਕੀਤਾ ਜਾਂਦਾ ਹੈ। ਜਿਹੜਾ ਗਿਆਨ ਰੂਪੀ ਚਕਸ਼ੂਆਂ ਦੇ ਨਾਲ, ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ। ਜਿਹੜਾ ਉਹ ਦੀਦਾਰ ਹੈ ਉਹ ਬਾਹਰ ਨਹੀਂ ਹੁੰਦਾ, ਉਹ ਦੀਦਾਰ ਕਿੱਥੇ ਹੁੰਦਾ? ਸੰਤ ਸੰਗ ਅੰਤਰ ਪ੍ਰਭ ਡੀਠਾ, ਉਸ ਪਰਮਾਤਮਾ ਦਾ ਅਕਾਲ ਪੁਰਖ ਵਾਹਿਗੁਰੂ ਦਾ ਦੀਦਾਰ ਹੈ ਅੰਦਰ। ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਹੀ। ਉਹ ਦੀਦਾਰ ਕਰਨ ਵਾਸਤੇ ਨਾ ਜੰਗਲਾਂ ਵਿੱਚ ਭਟਕਣ ਦੀ ਜ਼ਰੂਰਤ ਹੈ, ਨਾ ਘਰ ਬਾਰ ਛੱਡਣ ਦੀ ਜ਼ਰੂਰਤ ਹੈ। ਰੀਦਾ ਜੰਗਲ ਜੰਗਲ ਕਿਆ ਭਵੇਂ ਵਣ ਕੰਡਾ ਮੂੜੇ, ਵਸੀ ਰੱਬ ਹੀ ਆਲੀਐ ਜੰਗਲ ਕਿਆ ਢੂੰਡੇ। ਉਹ ਵਿਚਾਰ ਰੂਪੀ ਨੇਤਰਾਂ ਦੇ ਨਾਲ ਦੀਦਾਰ ਅੰਦਰ ਹੁੰਦਾ ਹੈ, ਪਰ ਸਾਧ ਸੰਗ ਜਿਹੜਾ ਬਾਹਰ ਦਾ ਦੀਦਾਰ ਹੈ, ਜਿਹੜਾ ਉਸਦਾ ਮਹਾਤਮਾ ਉਸਦਾ ਫਲ, ਉਸਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਹੁਣ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ, ਜਿਨ੍ਹਾਂ ਦੇ ਵੱਡੇ ਭਾਗ ਸਨ ਉਹਨਾਂ ਨੇ ਨੇਤਰਾਂ ਦੇ ਨਾਲ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਦੀਦਾਰ ਕੀਤਾ। ਉਹਨਾਂ ਨੇ ਕੰਨਾਂ ਦੇ ਨਾਲ ਉਹਨਾਂ ਦੀ ਮੁਬਾਰਕ, ਉਹਨਾਂ ਦੀ ਪਵਿੱਤਰ ਰਸਨਾ ਤੋਂ ਉਸ ਪਰਮਾਤਮਾ ਦੀ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਸੁਣੀ। ਉਹਨਾਂ ਨੂੰ ਕੀ ਫਲ ਪ੍ਰਾਪਤ ਹੋਇਆ? ਇੱਕ ਨਹੀਂ, ਪੰਜ ਸੱਤ ਦਸ ਵੀ, ਸੈਂਕੜੇ ਹਜ਼ਾਰਾਂ ਵੀ ਨਹੀਂ,
ਬਲਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ ਕਿ ਕਰੋੜਾਂ ਹੀ ਜੀਵ ਉਹਨਾਂ ਦੇ ਦਰਸ਼ਨ ਕਰਕੇ ਉਹਨਾਂ ਦੀ ਰਚਨਾ ਤੋਂ ਪਰਮਾਤਮਾ ਦੀ ਸਿਫਤ ਸੁਣ ਕੇ ਸੰਸਾਰੀ ਸਮੁੰਦਰ ਤੋਂ ਪਾਰ ਹੋ ਗਏ। ਉਹਨਾਂ ਦਾ ਆਵਾਗਮਨ ਤੋਂ ਛੁਟਕਾਰਾ ਹੋ ਗਿਆ। ਗਰਭ ਜੋਨ ਤੋਂ ਉਹਨਾਂ ਦੀ ਬੰਦ ਖਲਾਸੀ ਹੋ ਗਈ। ਮੈਂ ਮੂਰਖ ਕੀ ਕੇਤਕ ਬਾਤ ਹੈ, ਕੋਟ ਅਪਰਾਧੀ ਦਰਿਆ ਰੇ, ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਤੇਰੇ ਗੁਰਭਾਸ ਨਾ ਭਰਿਆ ਰੇ। ਕਈ ਵਾਰ ਬਹੁਤ ਸਾਰੇ ਸੱਜਣ ਸਿਰਫ ਇੱਕ ਪੱਖ ਨੂੰ ਲੈ ਕੇ, ਜਿਹੜਾ ਇਹਨਾਂ ਨੇਤਰਾਂ ਦੇ ਨਾਲ ਗੁਰੂ ਕਾ ਦੀਦਾਰ ਕੀਤਾ ਜਾਂਦਾ, ਇਸ ਦੇ ਮਹਾਤਮ ਨੂੰ ਨਜ਼ਰਅੰਦਾਜ਼ ਕਰ ਦਿੰਦੇ। ਉਹ ਸਾਧ ਸੰਗ ਦੇਖੋ, ਸਤਿਗੁਰੂ ਜੀ ਨੇ ਆਪਣੀ ਪਵਿੱਤਰ ਬਾਣੀ ਦੇ ਵਿੱਚ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਕਿੰਨੀ ਵਡਿਆਈ ਕਥਨ ਕੀਤੀ ਹੈ, ਥਾਂ ਥਾਂ 'ਤੇ ਜ਼ਿਕਰ ਆਉਂਦਾ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ। ਇਹ ਜਿਸਮ ਦੇ ਇਸ਼ਨਾਨ ਦੀ ਗੱਲ ਹੋ ਰਹੀ ਹੈ। ਕਰ ਇਸ਼ਨਾਨ ਸਿਮਰ ਪ੍ਰਭ ਆਪਣਾ, ਮਨ ਤਨ ਭਏ ਅਰੋਗਾ, ਕੋਟ ਵਿਘਨ ਲਾਥੇ ਪ੍ਰਭ ਸਰਣਾ, ਪ੍ਰਗਟੇ ਭਲੇ ਸੰਜੋਗਾ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਸੋ ਭਲਕੇ ਉੱਠ ਹਰਨਾਮ ਧਿਆਵੈ। ਉੱਦਮ ਕਰੇ ਭਲਕੇ ਪ੍ਰਭਾਤੀ, ਇਸ਼ਨਾਨ ਕਰੇ ਅੰਮ੍ਰਿਤ ਸਰਨਾਵੈ। ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਗੱਲ, ਗੁਰਮੁਖ ਨਾਮ ਦਾਨ ਇਸ਼ਨਾਨ, ਇਹ ਗੁਰਮੁਖ ਦੇ ਤਿੰਨ ਸੁਨਹਿਰੇ ਅਸੂਲ ਨੇ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਬਿਆਨ ਕੀਤੇ ਨੇ। ਪਰਮਾਤਮਾ ਦਾ ਨਾਮ ਜਪਣਾ ਅੰਤਿਸ਼ ਕਰਨ ਦੀ ਜਾਂ ਹਿਰਦੇ ਦੀ ਸ਼ੁੱਧੀ ਵਾਸਤੇ, ਆਪਣੀ ਨੇਕ ਨਿਯਤੀ ਦੀ ਕਿਰਤ ਵਿੱਚੋਂ ਦਾਨ ਕਰਨਾ, ਆਪਣੀ ਕਿਰਤ ਕਮਾਈ ਸਫਲੀ ਕਰਨ ਵਾਸਤੇ, ਔਰ ਅੰਮ੍ਰਿਤ ਵੇਲੇ ਦਾ ਇਸ਼ਨਾਨ ਕਰਨਾ ਸਰੀਰ ਦੀ ਸ਼ੁੱਧੀ, ਸਰੀਰ ਦੀ ਪਵਿੱਤਰਤਾ ਵਾਸਤੇ। ਨਾਨਕ ਨਾਮ ਖੁਦਾਏ ਕਾ ਦਿਲ ਹੱਛੈ ਮੁਕਲੇ, ਆਲਸ ਦੂਰ ਕਰਨ ਵਾਸਤੇ, ਸਰੀਰ ਦੀ ਸ਼ੁੱਧੀ, ਸਰੀਰ ਦੀ ਪਵਿੱਤਰਤਾ ਵਾਸਤੇ ਸਤਿਗੁਰੂ ਜੀ ਨੇ ਥਾਂ ਥਾਂ 'ਤੇ ਆਪਣੇ ਪੈਰੋਕਾਰਾਂ ਨੂੰ, ਆਪਣੇ ਗੁਰਸਿੱਖਾਂ ਨੂੰ ਅੰਮ੍ਰਿਤ ਵੇਲੇ ਸਾਵਧਾਨ ਹੋ ਕੇ ਇਸ਼ਨਾਨ ਆਦਿ ਕਰਕੇ ਰੱਬ ਦੇ ਵਸਲ, ਰੱਬ ਦੀ ਬੰਦਗੀ ਜੁੜਨ ਦੀ ਨਸੀਹਤ ਦਿੱਤੀ ਹੈ। ਇਹ ਸਾਰੀ ਸੰਗਤ ਇੱਕ ਪੱਖ ਹੈ, ਇਸ਼ਨਾਨ ਗੁਰਸਿੱਖ ਦੇ ਜੀਵਨ ਦਾ ਇੱਕ ਅੰਗ ਹੈ, ਅੰਮ੍ਰਿਤ ਵੇਲੇ ਦਾ ਇਸ਼ਨਾਨ ਖਾਸ ਕਰਕੇ। ਪਰ ਗੁਰਬਾਣੀ ਦੇ ਵਿੱਚ ਕਈ ਥਾਂ 'ਤੇ ਐਸੇ ਵਿਅਤਨ ਵੀ ਆਉਂਦੇ ਨੇ, ਸੂਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾਂ ਧੋਏ, ਵੀ ਸੁੱਚੇ ਉਹਨਾਂ ਨੂੰ ਕਿਨੂੰ ਨਹੀਂ ਕਿਹਾ ਜਾ ਸਕਦਾ ਜਿਹੜੇ ਸਰੀਰ ਦੀ ਸ਼ੁੱਧੀ ਔਰ ਸਰੀਰ ਦੀ ਪਵਿੱਤਰਤਾ, ਆਪਣੇ ਸਰੀਰ ਨੂੰ ਧੋ ਲੈਂਦੇ ਨੇ। ਇਹਦਾ ਅਰਥ ਇਹੋ ਹੀ ਬਣਦਾ ਨਾ, ਜਿਹੜੇ ਨਹਾ ਲੈਂਦੇ ਨੇ। ਸੁੱਚੇ ਇਹ ਨਾ ਆਖੀਐ, ਬਹਿਣ ਜੇ ਪਿੰਡਾਂ ਧੋਏ, ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ। ਵੀ ਸੁੱਚੇ ਤਾਂ ਕੇਵਲ ਉਹੋ ਹੀ ਨੇ ਜਿਨ੍ਹਾਂ ਦੇ ਹਿਰਦੇ ਅੰਦਰੋਂ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਵਸ ਗਿਆ ਹੈ। ਸਾਰ ਸੰਗਤ ਆਪਾਂ ਠੀਕ ਹੈ, ਜੋ ਇੱਥੇ ਸੰਦਰਭ ਹੈ ਸਤਿਗੁਰੂ ਜੀ ਦਾ, ਇਹ ਸਤਿਗੁਰੂ ਜੀ ਨੇ ਕਿਸੇ ਹੋਰ ਐਂਗਲ ਤੋਂ ਗੱਲ ਕੀਤੀ ਹੈ। ਨਹਾਵਣ ਚੱਲੇ ਤੀਰਥੀ, ਮਨ ਖੋਟੇ ਤਨ ਚੋਰ, ਇੱਕ ਭਾਓ ਲੱਥੀ ਨਹਾਤਿਆਂ, ਦੋਵੇਂ ਭਾ ਚੜੀਏ ਸੁਹੋਰ, ਬਾਹਰ ਧੋਤੀ ਤੁੰਬੜੀ ਅੰਦਰ ਵਿਸ ਨਿਕੋਰ, ਸਾਧ ਭਲੇ ਅਣ ਨਹਾਤਿਆ। ਉਹ ਬਿਨਾਂ ਨਹਾਤਿਆਂ ਹੀ ਚੰਗੇ ਨੇ,
ਸਾਧ ਭੱਲੇ ਅਣਧਾਤਿਆਂ ਚੋਰ ਸੇ ਚੋਰਾ ਚੋਰ। ਇੱਥੇ ਸੰਦਰਭ ਕੀ ਹੈ ਵੀ ਜਿਹੜੇ ਲੋਕ ਦਿਖਾਵੇ ਵਾਸਤੇ ਅੰਤਰ ਮੈਲ ਜੇ ਤੀਰਥ ਨਹਾਵੇ, ਆਪਣੇ ਅੰਦਰ ਦੀ ਮੈਲ ਛੱਡਦੇ ਕੋਈ ਨਹੀਂ, ਹਾਂ ਤੀਰਥਾਂ ਦਾ ਇਸ਼ਨਾਨ ਜ਼ਰੂਰ ਕਰਵਾਉਂਦੇ ਨੇ, ਆਪਣੇ ਸਰੀਰ ਨੂੰ ਮਲ ਮਲ ਕੇ ਨਹਾਉਂਦੇ ਨੇ ਉੱਥੇ ਜਾ ਕੇ। ਜੇ ਅੰਦਰ ਦੀ ਖੋਟ ਹੀ ਨਹੀਂ ਛੱਡੀ ਫਿਰ ਇਹੋ ਜਿਹੇ ਇਸ਼ਨਾਨ ਦਾ ਕੀ ਲਾਭ। ਜੇ ਇਹ ਬਾਕੀ ਦੀ ਸਾਰੇ ਵਿਚਾਰ ਛੱਡ ਕੇ ਕੋਈ ਇੱਕੋ ਹੀ ਪੰਕਤੀ ਧਾਰਨ ਕਰ ਲਵੇ ਵੀ ਨਹਾਉਣ ਦੀ ਜ਼ਰੂਰਤ ਹੀ ਕੋਈ ਨਹੀਂ, ਸਾਧ ਭਲੇ ਅਣਨਾਤੇ ਹਾਂ ਚੋਰ ਸੇ ਚੋਰਾ ਚੋਰ, ਵੀ ਸੋਚਿਆ ਹੈ ਸੋਚ ਨਾ ਹੋਵੇ। ਜੇ ਸੋਚੀ ਲੱਖ ਵਾਰ, ਭਾਵੇਂ ਕੋਈ ਲੱਖਾਂ ਵਾਰੀ ਸਰੀਰ ਦੀ ਸੋਚ ਸਰੀਰ ਦੀ ਪਵਿੱਤਰਤਾ ਕਰ ਲਵੇ ਨਹਾ ਕੇ, ਇਹਦੇ ਨਾਲ ਮਨ ਦੀ ਸੋਚ ਮਨ ਦੀ ਪਵਿੱਤਰਤਾ ਨਹੀਂ ਹੋ ਸਕਦੀ। ਫਿਰ ਸਾਰ ਸੰਗਤ ਇਸਦਾ ਭਾਵ ਅਰਥ ਆਪਾਂ ਹੁਣ ਇਹ ਲੈ ਲਈਏ ਵੀ ਅੰਮ੍ਰਿਤ ਵੇਲੇ ਦੇ ਇਸ਼ਨਾਨ ਦੀ ਜਾਂ ਨਹਾਉਣ ਦੀ ਜ਼ਰੂਰਤ ਹੀ ਕੋਈ ਨਹੀਂ, ਜਿਹੜਾ ਇਸ਼ਨਾਨ ਦਾ ਫਲ ਇਸ਼ਨਾਨ ਦਾ ਮਹਾਤਮ ਆਪਣੀ ਥਾਂ 'ਤੇ, ਪਰਮਾਤਮਾ ਦਾ ਨਾਮ ਭਾਵੇਂ ਕੋਈ ਸੁਬਾਹ ਜਪ ਲਵੇ ਭਾਵੇਂ ਕੋਈ ਸ਼ਾਮ ਨੂੰ ਜਪ ਲਵੇ ਭਾਵੇਂ ਅੱਧੀ ਰਾਤੋਂ ਜਪ ਲਵੇ ਭਾਵੇਂ ਦੁਪਹਿਰ ਵੇਲੇ ਜਪ ਲਵੇ, ਉਹ ਨਾਮ ਜਪਿਆ ਤਾਂ ਫਲੀਭੂਤ ਹੁੰਦਾ ਹੀ ਹੈ। ਪਰ ਪਰਮਾਤਮਾ ਦਾ ਨਾਮ ਜਪਣ ਵਾਸਤੇ ਜਿਹੜਾ ਸਭ ਤੋਂ ਉੱਤਮ ਸਮਾਂ ਸਤਿਗੁਰੂ ਜੀ ਨੇ ਫੁਰਮਾਨ ਕੀਤਾ, ਪ੍ਰਭਾਤੇ ਪ੍ਰਭ ਨਾਮ ਜਪ ਗੁਰ ਕੇ ਚਰਨ ਧਿਆਏ, ਜਿਹਨੂੰ ਪ੍ਰਭਾਤ ਹੁੰਦੀ ਹੈ ਅੰਮ੍ਰਿਤ ਵੇਲਾ, ਰਾਤ ਦਾ ਚੌਥਾ ਪਹਿਰ, ਚੌਥੇ ਪਹਿਰ ਸੁਭਾ ਕੈ ਸੁਰਤਿਆਂ ਉਪਜੈ ਜਾਓ, ਤਿੰਨਾਂ ਦਰਿਆਵਾਂ ਸਿਉਂ ਦੋਸਤੀ ਮਨ ਮੁੱਖ ਸੱਚਾ ਨਾ ਚਾਲਾਂਗੇ, ਉੱਠ ਨਾਮ ਜਪ ਨਿਸ ਬਾਸੁਰ ਆਰਾਧ ਕਾਰਾ ਤੁਝੈ ਨਾ ਵਿਆਪਈ ਨਾਨਕ ਮਿਟੈ ਉਪਾਹ। ਸਾਰ ਸੰਗ ਠੀਕ ਹੈ, ਪਰਮਾਤਮਾ ਦਾ ਨਾਮ ਤਾਂ ਕਿਸੇ ਵੇਲੇ ਵੀ ਜਪਿਆ ਜਾ ਸਕਦਾ ਹੈ, ਕੋਈ ਬੰਦਿਸ਼ ਨਹੀਂ ਵੀ ਸਿਰਫ ਇਸ ਵੇਲੇ ਹੀ ਜਪਣਾ ਹੈ। ਪਰ ਜਿਹੜੀ ਅੰਮ੍ਰਿਤ ਵੇਲੇ ਦੀ ਵਡਿਆਈ ਹੈ ਉਸ ਨੂੰ ਵੀ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਕਿ ਉਹ ਰੱਬ ਦੀ ਬੰਦਗੀ ਵੀ ਜੁੜਨ ਵਾਸਤੇ ਸਾਰਿਆਂ ਤੋਂ ਉੱਤਮ ਔਰ ਸਾਰਿਆਂ ਤੋਂ ਸ੍ਰੇਸ਼ਟ ਸਮਾਂ ਹੈ। ਫਰੀਦਾ ਪਹਿਲੇ ਪਹਿਰ ਹੈ ਫੁੱਲੜਾ ਫਲ ਭੀ ਪੱਛਾ ਰਾਤ, ਜੋ ਜਾਗਨ ਲਹਨ ਸੇ ਸਾਈਂ ਕੰਨੋਂ ਦਾ। ਬੇਨਤੀ ਕਰਨ ਤੋਂ ਭਾਵ ਇੰਨਾ ਹੀ ਹੈ ਕਿ ਕਈ ਵਾਰ ਆਪਾਂ ਕਿਸੇ ਵਿਚਾਰ ਦਾ ਸਿਰਫ ਇੱਕ ਪੱਖ ਲੈ ਲੈਂਦੇ ਹਾਂ ਔਰ ਦੂਸਰੇ ਪੱਖ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ। ਹਾਂ ਇੱਕ ਪੱਖ ਤਾਂ ਹੈ ਜਿਹੜਾ ਗੁਰੂ ਕੇ ਦੀਦਾਰ ਦਾ ਜਿਹੜਾ ਨੇਤਰਾਂ ਦੇ ਨਾਲ ਦੀਦਾਰ ਕੀਤਾ ਜਾਂਦਾ ਹੈ, ਭਾਈ ਸੱਤਾ ਔਰ ਬਲਵੰਡ ਜੀ ਨੇਤਰਾਂ ਦੇ ਨਾਲ ਗੁਰੂ ਕੇ ਦਰਸ਼ਨਾਂ ਦਾ ਮਹੱਤਵ ਦੱਸਦੇ ਹਨ। ਹੋਵੇ ਸਿਵਤ ਸਮਧੀ ਨੂਰ ਅਰਸੋਂ ਕੁਰਸੋਂ ਝੱਟੀਐ, ਤੁਧ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਹੈ। ਡਿੱਠੇ ਦੇਖਣ ਮਾਤਰ ਦੇ ਨਾਲ, ਹੁਣ ਦੇਖਿਆ ਤਾਂ ਅੱਖਾਂ ਦੇ ਨਾਲ ਹੀ ਜਾਂਦਾ ਹੈ ਨਾ। ਤੁਧ ਡਿੱਠੇ ਸੱਚੇ ਪਾਤਸ਼ਾਹ ਮਰ ਜਨਮ ਜਨਮ ਦੀ ਕੱਟੀ ਹੈ, ਮਰ ਜਨਮ ਜਨਮ ਵਾਲੀ ਕੱਟੀ
ਆਪਾਂ ਰੋਜ਼ਾਨਾ ਅਰਦਾਸ ਜੁੜਦੇ ਹਾਂ। ਸਾਹਿਬ ਗੁਰੂ ਕਲਗੀਧਰ ਪਾਤਸ਼ਾਹ ਦਾ ਫੁਰਮਾਨ ਰੋਜ਼ ਪੜ੍ਹਿਆ ਜਾਂਦਾ, ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈਂ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ, ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ। ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ, ਨੇਤਰਾਂ ਦੇ ਨਾਲ ਉਹਨਾਂ ਨੂੰ ਦੇਖਣ ਦਾ, ਨੇਤਰਾਂ ਦੇ ਨਾਲ ਉਹਨਾਂ ਦੇ ਦਰਸ਼ਨ ਕਰਨ ਦਾ ਮਹਾਤਮ, ਉਹਨਾਂ ਦੇ ਦਰਸ਼ਨਾਂ ਦੀ ਵਡਿਆਈ ਦੱਸ ਰਹੇ ਨੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ। ਜਿਸ ਜਿੱਠਿਆਂ ਸਭ ਦੁੱਖ ਜਾਏ, ਜਿਸ ਜਿੱਠਿਆਂ ਸਭ ਦੁੱਖ ਜਾਏ, ਆਹ
ਦਰਸ਼ਨ ਧਿਆਈਐ ਜਿਸ ਡਿੱਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ ਕਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ। ਅੱਖਾਂ ਦੇ ਨਾਲ ਗੁਰੂ ਕਾ ਦੀਦਾਰ ਕਰਕੇ ਸਾਧਾਰਨ ਭਾਸ਼ਾ ਦੇ ਵਿੱਚ ਗੁਰੂ ਨੂੰ ਦੇਖ ਕੇ ਕਿਤਨਾ ਵੱਡਾ ਮਹਾਤਮ ਕਿਤਨਾ ਫਲ ਪ੍ਰਾਪਤ ਹੁੰਦਾ। ਉਹ ਸਾਰੇ ਸੰਗਤ ਦਰਸ਼ਨ ਤੇ ਮਨਮੁੱਖਾਂ ਦਾ ਵੀ ਹੈ, ਉਹਨਾਂ ਦੇ ਕਿਹੜਾ ਕੋਈ ਅੰਦਰ ਵੜ ਜਾਂਦਾ ਹੈ ਦੇਖ ਕੇ ਹੀ। ਕਈ ਵਾਰ ਬੁੱਧ ਵੀ ਪਰਜਾ ਹੋ ਜਾਂਦੀ ਹੈ ਮਨਮੁੱਖਾਂ ਦੇ ਦਰਸ਼ਨਾਂ ਦਾ ਫਲ। ਭਗਤ ਨਾਮਦੇਵ ਜੀ ਕਥਨ ਕਰਦੇ ਨੇ ਜੋ ਨਾ ਭਜੰਤੇ ਨਾਰਾਇਣਾ ਤਿੰਨ ਕਾ ਮੈਂ ਨਾ ਕਰੋ ਦਰਸ਼ਨ। ਜਿਹੜੇ ਪਰਮਾਤਮਾ ਦਾ ਨਾਮ ਹੀ ਨਹੀਂ ਜਪਦੇ ਉਹ ਮੇਰੇ ਮੱਥੇ ਹੀ ਨਾ ਲੱਗਣ। ਸਰ ਸੰਗ ਜੇ ਉਹਨਾਂ ਨੂੰ ਦੇਖਣ ਦਾ ਕੋਈ ਅਸ਼ੁਭ ਫਲ ਹੋ ਸਕਦਾ ਹੈ ਅਤੇ ਜਿਹੜੇ ਗੁਰਮੁਖ ਨੇ ਪਰਮੇਸ਼ਰ ਦੇ ਪਿਆਰੇ ਸੰਤ ਜਨ ਨੇ ਸਾਧਕੈ ਸੰਗ ਨਹੀਂ ਕਚਕਾਲ ਦਰਸ਼ਨ ਭੇਟਤ ਹੋਤ ਨਿਹਾਲ। ਉਹਨਾਂ ਗੁਰਮੁਖਾਂ ਦੇ ਦਰਸ਼ਨਾਂ ਦਾ ਜ਼ਰੂਰ ਕੋਈ ਫਲ ਪ੍ਰਾਪਤ ਹੋਵੇਗਾ। ਆਵੈ ਸਾਹਿਬ ਚਿੱਤ, ਉਹਨਾਂ ਦੇ ਦਰਸ਼ਨਾਂ ਦਾ ਕੀ ਫਲ ਹੁੰਦਾ ਹੈ? ਸਤਿਗੁਰੂ ਜੀ ਫੁਰਮਾਨ ਕਰਦੇ ਨੇ ਉਹਨਾਂ ਦਾ ਦਰਸ਼ਨ ਕਰਕੇ ਉਹ ਪਰਮਾਤਮਾ ਅਕਾਲ ਪੁਰਖ ਵਾਹਿਗੁਰੂ ਚੇਤੇ ਆ ਜਾਂਦਾ ਹੈ। ਆਵੈ ਸਾਹਿਬ ਚਿੱਤ ਤੇਰਾ ਮਾਤਰ ਦੇ ਨਾਲ ਹੀ ਜਿਨ੍ਹਾਂ ਦਿਸੰਦੜੀਆਂ ਦੁਰਮਤ ਵੰਝ ਖੋਟੀ ਮਤ ਦੌੜ ਜਾਂਦੀ ਹੈ ਦੂਰ ਹੋ ਜਾਂਦੀ ਹੈ। ਇਹ ਫਲ ਹੀ ਹੋਇਆ ਨਾ ਦਰਸ਼ਨਾਂ ਦਾ, ਉਹਨਾਂ ਨੂੰ ਦੇਖਣ ਮਾਤਰ ਦਾ ਹੀ ਫਲ ਹੈ। ਆਪਾਂ ਸਾਰ ਸੰਗਤ ਦੇ ਵਿੱਚ ਗੁਰੂ ਦਰਬਾਰ ਵਿੱਚ ਕਿਉਂ ਆਉਂਦੇ ਹਾਂ? ਵੀ ਕਿਸੇ ਰੱਬ ਦੇ ਪਿਆਰੇ ਦਾ ਦੀਦਾਰ ਹੋ ਜਾਵੇਗਾ, ਸਤਿਗੁਰੂ ਜੀ ਦੀ ਪਵਿੱਤਰ ਹਜ਼ੂਰੀ ਵਿੱਚ ਪਹੁੰਚਾਂਗੇ, ਦਸਾਈ ਪਾਤਸ਼ਾਹਾਂ ਦੇ ਸਾਖਿਆਤ ਸਰੂਪ
ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ, ਜੋ ਸਤਿਗੁਰੂ ਜੀ ਦੇ ਪ੍ਰਤੱਖ ਸਰੂਪ ਨੇ ਇਸ ਵੇਲੇ, ਉਹਨਾਂ ਦਾ ਦੀਦਾਰ ਹੋਵੇਗਾ ਫਿਰ ਤਾਂ ਕੋਈ ਕਹਿ ਸਕਦਾ ਵੀ ਜੇ ਇਹਨਾਂ ਬਾਝ ਨੇਤਰਾਂ ਦੇ ਨਾਲ ਗੁਰੂ ਕੇ ਦੀਦਾਰ ਦਾ ਕੋਈ ਲਾਭ ਹੀ ਨਹੀਂ, ਫਿਰ ਤਾਂ ਨਾ ਸੰਗਤ ਬਚਾਉਣ ਦੀ ਜ਼ਰੂਰਤ ਹੈ ਔਰ ਨਾ ਕਿਸੇ ਗੁਰਮੁਖ ਦੇ ਮਿਲਾਪ ਦੀ ਜ਼ਰੂਰਤ ਹੈ। ਉਹ ਸਾਰ ਸੰਗਤ ਜਿਨ੍ਹਾਂ ਦੇ ਮਨ ਵਿੱਚ ਗੁਰੂ ਦਾ ਪਿਆਰ ਹੈ, ਬਹੁਤ ਸਾਰੇ ਸੱਜਣੇ ਵੀ ਪ੍ਰਸ਼ਨ ਕਰਦੇ ਨੇ ਵੀ ਘਰਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਾਂ ਮਹਾਂਪੁਰਖਾਂ ਦੀਆਂ, ਸਾਧੂਆਂ ਦੀਆਂ, ਗੁਰਮੁਖਾਂ ਦੀਆਂ ਤਸਵੀਰਾਂ ਰੱਖਣੀਆਂ ਚਾਹੀਦੀਆਂ ਨੇ ਜਾਂ ਨਹੀਂ। ਜਿਹਨਾਂ ਮਹਾਂਪੁਰਖਾਂ ਦੀ ਆਪਾਂ ਯਾਦ ਵਿੱਚ ਬੈਠੇ ਹਾਂ, ਵੱਡੇ ਸੰਤ ਜੀ ਮਹਾਰਾਜ, ਉਹਨਾਂ ਦੇ ਇੱਕ ਬੜੇ ਨਜ਼ਦੀਕੀ ਉਹਨਾਂ ਦੇ ਅਨਨ ਸੇਵਕ ਨੇ, ਅੱਜ ਕੱਲ੍ਹ ਉਹ ਵੈਂਕੂਵਰ ਦੇ ਵਿੱਚ ਰਹਿੰਦੇ ਨੇ ਸਰੀ, ਜਦੋਂ ਵੱਡੇ ਸੰਤ ਜੀ ਮਹਾਰਾਜ ਇੰਗਲੈਂਡ ਦੇ ਵਿੱਚ ਆਏ, ਆਪਣੇ ਜੀਵਨ ਦੇ ਆਖਰੀ 2 ਸਾਲ ਲਗਾਤਾਰ ਉਹਨਾਂ ਨੇ ਉੱਥੇ ਸੰਗਤਾਂ ਨੂੰ ਗੁਰਬਾਣੀ ਦੇ ਉਪਦੇਸ਼ ਦੁਆਰਾ, ਕੀਰਤਨ ਦੁਆਰਾ ਕਿਰਤਾਰਥ ਕੀਤਾ। ਉਸ ਸਮੇਂ ਦੌਰਾਨ ਉਹਨਾਂ ਨੂੰ ਉਹਨਾਂ ਦੇ ਬੜੇ ਨਜ਼ਦੀਕ ਰਹਿ ਕੇ ਉਹਨਾਂ ਦੀ ਸੰਗਤ ਕਰਨ ਦਾ, ਉਹਨਾਂ ਦੀ ਸੇਵਾ ਕਰਨ ਦਾ ਅਵਸਰ ਪ੍ਰਾਪਤ ਹੋਇਆ। ਇੱਕ ਵਾਰ ਉਹਨਾਂ ਨੇ ਆਪਣੇ ਜੀਵਨ ਦਾ ਇੱਕ ਤਜਰਬਾ, ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ। ਵੀ ਕੁਝ ਕੁ ਸੱਜਣ ਕਿਸੇ ਮੀਟਿੰਗ ਦੇ ਵਿੱਚ ਬੈਠੇ ਸਨ, ਉਹਨਾਂ ਦੇ ਕੋਈ ਵਿਚਾਰ ਚੱਲ ਰਹੀ ਸੀ। ਉਹ ਕਹਿਣ ਲੱਗੇ ਵੀ ਅਚਾਨਕ ਹੀ ਮੈਂ ਵੀ ਉੱਥੇ ਚਲਿਆ ਗਿਆ ਕਿਸੇ ਸਬੱਬ ਕਿਸੇ ਕਾਰਨ ਕਰਕੇ। ਉਹ ਇੱਕਦਮ ਕਹਿਣ ਲੱਗੇ ਵੀ ਚਲੋ ਆਪਾਂ ਇਹਦਾ ਸਰਦਾਰ ਪ੍ਰੀਤਮ ਸਿੰਘ ਜੀ ਨੂੰ ਪੁੱਛ ਲੈਂਦੇ ਹਾਂ। ਉਹਨਾਂ ਦਾ ਨਾਂ ਸਰਦਾਰ ਪ੍ਰੀਤਮ ਸਿੰਘ ਹੈ, ਰਾੜਾ ਸਾਹਿਬ ਦੇ ਨਜ਼ਦੀਕ ਝਮਟ ਨਗਰ ਹੈ, ਉਸ ਨਗਰ ਦੇ ਉਹ ਰਹਿਣ ਵਾਲੇ ਨੇ। ਵੀ ਆਪਾਂ ਇਹਨਾਂ ਨੂੰ ਪੁੱਛਦੇ ਹਾਂ। ਉਹ ਕਹਿਣਗੇ ਵੀ ਮੈਂ ਕਿਹਾ ਵੀ ਕਿਹੜੀ ਐਸੀ ਗੱਲ ਹੈ ਜਿਹਦਾ ਤੁਸੀਂ ਨਿਰਣਾ ਨਹੀਂ ਕਰ ਸਕੇ, ਜਿਹੜੀ ਮੇਰੇ ਪਾਸੋਂ ਪੁੱਛ ਰਹੇ ਹੋ। ਉਹ ਕਹਿਣ ਲੱਗੇ ਵੀ ਸਾਡੀ ਵਿਚਾਰ ਕਾਫੀ ਸਮੇਂ ਤੋਂ ਇਹ ਚੱਲ ਰਹੀ ਹੈ ਵੀ ਗੁਰਦੁਆਰਿਆਂ ਦੇ ਵਿੱਚ ਜਾਂ ਘਰਾਂ ਦੇ ਵਿੱਚ ਗੁਰੂ ਸਾਹਿਬਾਨ ਦੀਆਂ ਜਾਂ ਮਹਾਂਪੁਰਖਾਂ ਦੀਆਂ ਤਸਵੀਰਾਂ ਲਾਉਣੀਆਂ ਚਾਹੀਦੀਆਂ ਨੇ ਜਾਂ ਨਹੀਂ। ਉਹ ਕਹਿਣ ਲੱਗੇ ਮੈਂ ਥੋੜ੍ਹੀ ਦੇਰ ਸੋਚਿਆ ਵੀ ਇਹਨਾਂ ਨੂੰ ਕੀ ਉੱਤਰ ਦਿੱਤਾ ਜਾਵੇ। ਫਿਰ ਮੈਂ ਉਹਨਾਂ ਨੂੰ ਆਪਣਾ ਇੱਕ ਐਕਸਪੀਰੀਅੰਸ, ਆਪਣਾ ਤਜਰਬਾ ਦੱਸਿਆ ਵੀ ਸਭ ਤੋਂ ਪਹਿਲਾਂ ਮੈਂ ਜਦੋਂ ਹਿੰਦੁਸਤਾਨ ਤੋਂ ਬਾਹਰ ਆਇਆ, ਮਲੇਸ਼ੀਆ ਗਿਆ, ਉੱਥੇ ਸਾਡਾ ਕੋਈ ਜਾਣ ਪਹਿਚਾਣ ਵਾਲਾ ਪਰਿਵਾਰ ਸੀ, ਉਹਨਾਂ ਦੇ ਜਾ ਕੇ ਮੈਂ ਆਪਣੀ ਰਿਹਾਇਸ਼ ਰੱਖ ਲਈ। ਉਹਨਾਂ ਨੇ ਮੇਰੇ ਵਾਸਤੇ ਇੱਕ ਅਲੱਗਾ ਕਮਰਾ ਮੈਨੂੰ ਦੱਸ ਦਿੱਤਾ ਵੀ ਇੱਥੇ ਉਹ ਆਪਣਾ ਲਗਜ ਵਗੈਰਾ ਰੱਖ ਸਕਦਾ, ਜਿੰਨਾ ਸਮਾਂ ਤੇਰਾ ਕੋਈ ਹੋਰ ਇੰਤਜ਼ਾਮ ਨਹੀਂ ਬਣ ਸਕਦਾ ਵੀ ਉਨੀ ਦੇਰ ਇਸ ਨੂੰ ਆਪਣਾ ਘਰ ਜਾਣ, ਆਪਣਾ ਘਰ ਸਮਝ, ਕਿਉਂਕਿ ਉਹਨਾਂ ਦੇ ਪਿਆਰ ਵਾਲੇ ਸੱਜਣ ਸਨ। ਉਹ ਕਹਿਣ ਲੱਗੇ ਮੈਂ ਆਪਣਾ ਸਮਾਨ ਵਗੈਰਾ ਉੱਥੇ ਰੱਖ ਦਿੱਤਾ। ਰਾਤ ਨੂੰ ਜਦੋਂ ਮੈਂ ਸੌਣ ਲੱਗਿਆ ਵੀ ਮੇਰੇ ਸਾਹਮਣੇ ਇਹ ਕੋਈ ਤਸਵੀਰ ਲੱਗੀ ਹੋਈ ਸੀ, ਉਹ ਤਸਵੀਰ ਸੀ ਕਿਸੇ ਐਕਟਰੈਸ ਦੀ। ਉਹ ਖੈਰ ਉਹਨਾਂ ਦਾ ਸੁਭਾਅ ਗੁਰਮੁਖਾਂ ਵਾਲਾ ਸੀ, ਮਹਾਂਪੁਰਖਾਂ ਦੀ ਸੰਗਤ ਕੀਤੀ ਸੀ, ਵੀ ਸੌਣ ਵੇਲੇ ਤਾਂ ਪਰਮਾਤਮਾ ਦੀ, ਗੁਰੂ ਦੀ, ਸਤਿਪੁਰਸ਼ਾਂ ਦੀ ਯਾਦ ਆਉਣੀ ਚਾਹੀਦੀ ਹੈ। ਇਹ ਸੌਣ ਵੇਲੇ ਵੀ ਮੇਰੇ ਸਾਹਮਣੇ ਆ, ਸਵੇਰੇ ਉੱਠਾਂਗਾ ਜਦੋਂ ਲਾਈਟ ਚਲਾਵਾਂਗਾ ਇਹ ਫਿਰ ਮੇਰੇ ਸਾਹਮਣੇ ਆਵੇਗੀ। ਉਹ ਕਹਿਣ ਲੱਗੇ ਮੈਂ ਉਹ ਤਸਵੀਰ ਉਲਟੀ ਕਰ ਦਿੱਤੀ। ਫਿਰ ਅਗਲੇ ਦਿਨ ਉਹ ਜਿਹੜੇ ਉਹ ਘਰ ਵਾਲੇ ਸੱਜਣ ਸਨ, ਉਹ ਕਹਿਣ ਲੱਗੇ ਮੈਂ ਕੰਮ 'ਤੇ ਚਲਿਆ ਗਿਆ। ਉਹਨਾਂ ਨੇ ਮੇਰੇ ਰੂਮ ਦੇ ਅੰਦਰ ਆ ਕੇ ਦੇਖਿਆ ਵੀ ਤਸਵੀਰ ਉਲਟੀ ਕੀਤੀ ਹੋਈ ਹੈ।
ਫਿਰ ਉਹ ਵੀ ਬੜੇ ਸਿਆਣੇ ਬੜੇ ਸਮਝਦਾਰ ਸਨ। ਜਦੋਂ ਮੈਂ ਵਾਪਸ ਆਇਆ ਉਹ ਮੈਨੂੰ ਕਹਿਣ ਲੱਗੇ ਵੀ ਤੈਂ ਇਹ ਤਸਵੀਰ ਉਲਟੀ ਕਿਉਂ ਕਰ ਦਿੱਤੀ। ਕਹਿਣ ਲੱਗੇ ਮੇਰਾ ਉੱਤਰ ਸੀ ਵੀ ਮੈਨੂੰ ਨਹੀਂ ਚੰਗੀ ਲੱਗੀ, ਮੈਂ ਉਲਟੀ ਕਰ ਦਿੱਤੀ। ਜੇ ਤੁਹਾਨੂੰ ਚੰਗੀ ਲੱਗਦੀ ਹੈ ਤੁਸੀਂ ਆਪਣੇ ਕਮਰੇ ਵਿੱਚ ਲਾ ਲਓ, ਜਾ ਕਿਤੇ ਹੋਰ ਲਾ ਦਿਓ। ਜੇ ਤੁਹਾਨੂੰ ਇਸ ਗੱਲ 'ਤੇ ਕੋਈ ਇਤਰਾਜ਼ ਹੈ। ਉਹ ਕਹਿਣ ਲੱਗੇ ਸਾਨੂੰ ਇਤਰਾਜ਼ ਕੋਈ ਨਹੀਂ ਇਸ ਗੱਲ ਦਾ, ਅਸੀਂ ਤਾਂ ਬਲਕਿ ਇਸ ਗੱਲ ਨੂੰ ਐਪਰੀਸ਼ੀਏਟ ਕਰਦੇ ਹਾਂ ਵੀ ਤੈਨੂੰ ਇੰਨੀ ਛੋਟੀ ਉਮਰ ਦੇ ਵਿੱਚ ਐਸੀ ਸੁਮਤ ਕਿੱਥੋਂ ਪ੍ਰਾਪਤ ਹੋ ਗਈ ਹੈ। ਉਹ ਕਹਿੰਦੇ ਮੈਂ ਉਹਨਾਂ ਨਾਲ ਸਿਰਫ ਇੰਨੀ ਹੀ ਗੱਲ ਕੀਤੀ, ਆਪਣਾ ਹੈ ਐਕਸਪੀਰੀਅੰਸ ਸ਼ੇਅਰ ਕੀਤਾ ਵੀ ਉਹਨਾਂ ਨੂੰ ਕਿਹਾ ਵੀ ਹੁਣ ਜੇ ਤਾਂ ਤੁਹਾਨੂੰ ਤੁਹਾਡੇ ਸਵਾਲ ਦਾ ਉੱਤਰ ਮਿਲ ਗਿਆ ਤਾਂ ਦੱਸੋ, ਜੇ ਅਜੇ ਵੀ ਉੱਤਰ ਨਹੀਂ ਮਿਲਿਆ ਫਿਰ ਮੈਂ ਕਿਸੇ ਹੋਰ ਢੰਗ ਤਰੀਕੇ ਦੇ ਨਾਲ ਇਸਦਾ ਜਵਾਬ ਦੇਵਾਂ। ਉਹ ਕਹਿਣ ਲੱਗੇ ਵੀ ਸਾਰੇ ਉੱਠ ਕੇ ਖੜ੍ਹੇ ਹੋ ਗਏ, ਕਹਿਣ ਲੱਗੇ ਵੀ ਸਾਨੂੰ ਸਾਡੇ ਪ੍ਰਸ਼ਨ ਦਾ ਉੱਤਰ ਮਿਲ ਗਿਆ। ਸਰਸਾਰ ਸਿੰਘ ਦੇਖੋ, ਜਿਹੜੀ ਕੋਈ ਤਸਵੀਰ ਦੇਖ ਕੇ ਕੋਈ ਦ੍ਰਿਸ਼ ਦੇਖ ਕੇ ਤੁਹਾਡੇ ਮਨ ਵਿੱਚ ਕੋਈ ਵਿਕਾਰ ਪੈਦਾ ਹੁੰਦਾ, ਦੇਖਣ ਮਾਤਰ ਦਾ ਹੀ ਅਸਰ ਹੈ ਨਾ ਮਨ ਦੇ ਉੱਪਰ। ਫਿਰ ਕੋਈ ਦ੍ਰਿਸ਼, ਕੋਈ ਤਸਵੀਰ ਜਾਂ ਕੋਈ ਨਜ਼ਾਰਾ ਐਸਾ ਵੀ ਹੋ ਸਕਦਾ ਜਿਸਦਾ ਤੁਹਾਡੀ ਬੁੱਧ ਦੇ ਉੱਪਰ, ਤੁਹਾਡੇ ਮਨ ਦੇ ਉੱਪਰ ਕੋਈ ਸਹੀ ਦਿਸ਼ਾ ਵੱਲ ਅਸਰ ਪੈ ਜਾਵੇ। ਖੈਰ ਆਪਾਂ ਦਰਸ਼ਨ ਦੀ ਗੱਲ ਕਰ ਰਹੇ ਹਾਂ, ਇੱਕ ਪ੍ਰਤੱਖ ਦਰਸ਼ਨ ਨੇਤਰਾਂ ਦੇ ਨਾਲ ਹੁੰਦਾ। ਉਹ ਸਾਰ ਸੰਗਤ ਇੱਕ ਸਿਆਣੇ ਪੁਰਸ਼ਾਂ ਨੇ ਚਿੱਤਰ ਦਰਸ਼ਨ ਵੀ ਮੰਨਿਆ ਹੈ, ਜੋ ਆਪਾਂ ਵਿਚਾਰ ਕਰ ਰਹੇ ਹਾਂ। ਇੱਕ ਸੁਪਨ ਦਰਸ਼ਨ ਮੰਨਿਆ ਜਾਂਦਾ ਹੈ, ਆਹ ਉਸ ਭਾਗੀ ਨੀਂਦੜੀਏ ਮਤ ਸਹੁ ਦੇਖਾਂ ਸੋਏ, ਸੁਪਨੇ ਆਇਆ ਭੀ ਗਿਆ ਮੈਂ ਜਲ ਭਰਿਆ ਰੋਏ, ਆਏ ਨਾ ਸਕਾਂ ਤੁਝ ਕੰਨ ਪਿਆਰੇ ਭੇਜ ਨਾ ਸਕਾਂ ਕੋਏ, ਆ ਉਸ ਭਾਗੀ ਨੀਂਦੜੀਏ ਮਤ ਸਹੁ ਦੇਖਾਂ ਸੋਏ। ਕਈ ਵਾਰ ਗੁਰਮੁਖ ਨੀਂਦ ਅੱਗੇ ਵੀ ਤਰਲੇ ਕਰਦੇ ਦੇਖੀਦੇ ਹਨ, ਜਿਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣਾ ਇੱਕ ਐਕਸਪੀਰੀਅੰਸ ਸ਼ੇਅਰ ਕੀਤਾ, ਸੁਪਨੇ ਚਰਿੱਤਰ ਚਿੱਤਰ ਬਾਨ ਕੇ ਬਣੇ ਬਚਿੱਤਰ, ਪਾਵਨ ਪਵਿੱਤਰ ਮਿੱਤਰ ਆਦਿ ਮੂਹਰੇ ਆਏ ਹੈ। ਇਹ ਸੁਪਨ ਦਰਸ਼ਨ ਦੀ ਗੱਲ ਹੋ ਰਹੀ ਹੈ। ਹਾਂ, ਸਾਰ ਸੰਗਤ ਇੱਕ ਸੁਪਨ ਦਰਸ਼ਨ ਹੈ, ਪਰ ਇੱਕ ਜਿਹੜਾ ਵਿਚਾਰ ਰੂਪੀ ਨੇਤਰਾਂ ਦੇ ਨਾਲ ਜਿਹੜਾ ਦੀਦਾਰ ਅੰਦਰ ਕੀਤਾ ਜਾਂਦਾ ਹੈ, ਸੰਤ ਸੰਗ ਅੰਤਰ ਪ੍ਰਭ ਡੀਠਾ, ਉਹ ਕਦੋਂ ਹੁੰਦਾ ਜਦੋਂ ਗੁਰੂ ਭਗਤ ਉੱਠ ਪਵੇ, ਰਹਿਮ ਤੇਰੇ ਘਰ ਵਿੱਚ ਆਵੇ, ਗਿਆਨ ਰੂਪੀ ਨੇਤਰ ਬਖਸ਼ ਦੇਵੇ। ਜਦੋਂ ਗੁਰੂ ਦੀ ਸ਼ਰਨ ਵਿੱਚ ਹੀ ਨਹੀਂ ਆਏ, ਜਦੋਂ ਗੁਰੂ ਕਾ ਦੀਦਾਰ ਪ੍ਰਤੱਖ ਦੀਦਾਰ ਹੀ ਨਹੀਂ ਕੀਤਾ, ਫਿਰ ਗੁਰੂ ਦੀ ਬਖਸ਼ਿਸ਼ ਕਿਵੇਂ ਹੋਵੇਗੀ। ਜੇ ਕੋਈ ਪਹਿਲੇ ਦਿਨ ਹੀ ਬੰਦਾ ਕਹੇ ਵੀ ਮੈਂ ਨਾ ਤਾਂ ਸਕੂਲ ਵਿੱਚ ਪੜ੍ਹਨਾ ਹੈ, ਨਾ ਕਿਸੇ ਹੋਰ ਕਾਲਜ ਦੇ ਵਿੱਚ ਜਾਣਾ, ਸਿੱਧਾ ਯੂਨੀਵਰਸਿਟੀ ਵਿੱਚ ਵੀ ਪੜ੍ਹਨਾ, ਸਿੱਧੀ ਜਾ ਕੇ ਪੀ ਐਚ ਡੀ ਦੀ ਡਿਗਰੀ ਹੀ ਲੈਣੀ ਹੈ, ਦੱਸੋ ਇਹ ਪੋਸੀਬਲ ਹੋ ਸਕਦਾ? ਸਾਰ ਸੰਗਤ ਜੇ ਉੱਥੇ ਤੱਕ ਪਹੁੰਚਣਾ ਫਿਰ ਤਾਂ ਸਟੈਪ ਬਾਈ ਸਟੈਪ ਬੜੇ ਸਹਿਜ ਸੁਭਾਅ ਦੇ ਨਾਲ ਬੜੇ ਸਟੈਡੀਲੀ ਅੱਗੇ ਵਧਣਾ ਪਏਗਾ। ਜੇ ਉਸ ਦੀਦਾਰ ਤੱਕ ਜਾਣਾ ਹੈ ਫਿਰ ਸਾਰ ਸੰਗਤ ਪਹਿਲਾਂ ਨੇਤਰਾਂ ਨਾਲ ਵੀ ਗੁਰੂ ਕਾ ਦੀਦਾਰ ਕਰਨਾ ਪਵੇਗਾ। ਧਨ ਸੋ ਵੇਲਾ ਘੜੀ ਧਨ, ਧਨ ਮੂਰਤ ਪਲਸਾਰ। ਗੁਰੂ ਅਰਜਨ ਦੇਵ ਜੀ ਮਹਾਰਾਜ ਫੁਰਮਾਨ ਕਰਦੇ ਨੇ ਵੀ ਉਹ ਸਮਾਂ ਉਹ ਵੇਲਾ ਧਨਤਾ ਯੋਗ ਹੈ, ਜਿਸ ਸਮੇਂ ਜਿਸ ਵੇਲੇ ਇਹਨਾਂ ਨੇਤਰਾਂ ਦੇ ਨਾਲ ਗੁਰੂ ਕਾ ਦੀਦਾਰ ਕੀਤਾ ਜਾਂਦਾ ਹੈ। ਧਨ ਸੋ ਦਿਨ ਸੰਜੋਗੜਾ ਜਿਤ ਡਿੱਠਾ ਗੁਰੂ ਦਰਸਾਰ, ਧਨ ਸੋ ਵੇਲਾ ਜਿਤ ਦਰਸ਼ਨ ਕਰਨਾ, ਹਾਂ ਬਲਿਹਾਰੀ ਸਤਿਗੁਰ ਚਰਣਾ, ਜਿਤ ਦਰਸ਼ਨ ਕਰਨਾ ਜੀ ਧਨ ਸੋ ਵੇਲਾ, ਧਨ ਸੋ ਵੇਲਾ ਜਿਤ ਦਰਸ਼ਨ।
ਭਾਗ ਨੇ ਜੋ ਆਪ ਸਤਿਗੁਰੂ ਜੀ ਦੀ ਚਰਨ ਛਰਨ ਵਿੱਚ ਆਏ ਹੋ, ਆ ਕਿੰਨੇ ਤਰ੍ਹਾਂ ਨਾਲ ਗੁਰੂ ਕੇ ਦੀਦਾਰ ਕੀਤੇ ਹਨ, ਕੰਨਾਂ ਨਾਲ ਗੁਰੂ ਕੀ ਪਵਿੱਤਰ ਬਾਣੀ ਗੁਰਬਾਣੀ ਦਾ ਕੀਰਤਨ ਗੁਰਮਤਿ ਦੀ ਵਿਚਾਰ ਸਰਵਣ ਕੀਤੀ ਹੈ, ਉਹ ਸਭ ਤੋਂ ਵੱਡੇ ਭਾਗ ਉਹਨਾਂ ਦੇ ਨੇ ਜਿਨ੍ਹਾਂ ਨੇ ਇਸ ਗੁਰਬਾਣੀ ਦੀ ਵਿਚਾਰ ਨੂੰ ਆਪਣੇ ਹਿਰਦੇ ਅੰਦਰ ਥਾਂ ਦਿੱਤੀ ਹੈ। ਸੋ ਸਤਿਗੁਰੂ ਜੀ ਬਖਸ਼ਿਸ਼ ਕਰਨ, ਇਹ ਵਿਚਾਰ ਆਪਣੇ ਹਿਰਦੇ ਅੰਦਰ ਵੱਸ ਜਾਵੇ, ਤਾਂ ਜੋ ਆਪਾਂ ਗੁਰੂ ਕੀ ਬਖਸ਼ਿਸ਼ ਦੇ ਪਾਤਰ ਬਣ ਕੇ ਆਪਣਾ ਲੋਕ ਪਰਲੋਕ ਸਫਲਾ ਕਰ ਸਕੀਏ। ਰਾਮ ਕਲੀ ਮਹਲਾ ਤੀਜਾ ਆਨੰਦ, ਇੱਕ ਓਂਕਾਰ ਸਤਿਗੁਰ ਪ੍ਰਸਾਦ ਆਨੰਦ ਭਇਆ ਮੇਰੀ ਮਾਏ। Thank you.
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੂੰ ਬਹਿਰਦਾਸ ਜੀਓ ਪਿੰਡ ਸਾਹਿਬ ਮਾਤਾ ਪਿਤਾ